ਜਦੋਂ ਕਿਸੇ ਚ ਵੜਦਾ ਵਾ ਕਿੱਥੋਂ ਨੀ ਵੜਦਾ ਵਾ, ਮੂੰਹ ਤਾਂ ਨੀ ਵੜੀਦਾ, ਗੱਲਾਂ ਕਿੱਥੋਂ ਦੀ ਉਹ ਨੀ ਦੱਸ ਸਕਦਾ, ਐਸੀ ਬਾਤੇ ਬਤਾਈ ਨਹੀਂ ਜਾਂਦੀ। ਸੋ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ, ਹੋਪ ਸੋ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਰਾਈਡ ਕਰਨ ਜਾ ਰਿਹਾ ਬਾਈ ਕੈਂਡੀ ਦੀ ਵੀਡੀਓ ਅਤੇ ਕੈਂਡੀ ਸਟੂਡੀਓ ਬਾਈ ਦਾ ਚੈਨਲ ਆ, ਹੈ ਨਾ, ਅਤੇ ਬਾਈ ਫਨੀ ਵੀਡੀਓ ਬਣਾਉਂਦਾ ਹੁੰਦਾ, ਬਹੁਤ ਘੈਂਟ ਕੰਮ ਲੱਗਿਆ ਯਾਰ ਮੈਨੂੰ ਇਹਨਾਂ ਦਾ। ਅਤੇ ਅੱਜ ਬਾਈ ਭੂਤ ਦੇ ਜਮਰਾਜ ਜੇ ਬਣੇ ਫਿਰਦੇ ਹੈਗੇ, ਹੈ ਨਾ, ਅਤੇ ਇਹਦੇ ਵੱਲ ਵੀ ਦੇਖ ਲਓ, ਹੈ ਨਾ, ਇਹ ਟਾਈਟਲ ਹੈਗਾ। ਸੋ ਕਰਦੇ ਹਾਂ ਚੈੱਕ ਬਾਈ ਦੀ ਵੀਡੀਓ, ਅਤੇ ਦੇਖਦੇ ਹਾਂ ਬਾਈ ਕਿਵੇਂ ਹੋਣ ਜਾ ਰਹੀ ਆ ਵੀਡੀਓ ਇਹ। ਅਤੇ ਜਿਹੜੇ ਹਿਸਾਬ ਨਾਲ ਬਾਈ ਗੈਟਅਪ ਬਣਾਇਆ ਇਹਨਾਂ ਨੇ, ਤਾਂ ਲੱਗ ਰਿਹਾ ਵੀ ਖਤਰਨਾਕ ਹੀ ਹੋਊਗਾ ਕੁਛ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਇਹਦੀ ਇਹ ਵੀਡੀਓ। ਮਾੜੀ ਤੁਸੀਂ ਵੇਖਣ ਦੇ ਜੇ ਨਾ, ਹਾਂ, ਇਹ ਵਿਚਾਰਾ ਇੱਥੇ ਮੜੀਆਂ 'ਚ ਕਿਤੇ ਲੰਮੇ ਪਿਆ ਸੀ, ਦੁਪਹਿਰ ਨੂੰ ਉੱਦਾਂ ਹੀ ਸੁੱਤਾ ਸੀ, ਸੁੱਤਾ ਸੀਗਾ ਅਤੇ ਉੱਤੇ ਆਣ ਕੇ ਕੋਈ ਸੰਸਕਾਰ ਕਰ ਗਿਆ ਯਾਰ। ਮਹਾਂ ਅੱਛਾ, ਇੱਕ ਦਿਨ ਮੈਂ ਕਿਸੇ ਬੰਦੇ 'ਚ ਵੜਿਆ ਸੀ ਸਵੇਰੇ, ਹਾਂ, ਸ਼ਾਮਾਂ ਨੂੰ ਚਿਮਟਾ ਮਾਰ ਕੇ ਮੈਨੂੰ ਤੋਰਤਾ ਉਹਨਾਂ, ਕਹਿੰਦੇ ਜੀ ਜਦੋਂ ਕਿਸੇ 'ਚ ਵੜਦਾ ਵਾ ਕਿੱਥੋਂ ਨਹੀਂ ਵੜਦਾ ਵਾ ਯਾਰ, ਮੂੰਹ ਤਾਂ ਨਹੀਂ ਵੜੀਦਾ ਅਸੀਂ, ਮੂੰਹ ਤਾਂ ਨਹੀਂ, ਹਾਂ, ਅਤੇ ਨਿਕਲਣਾ ਕਿੱਥੋਂ ਦੀ, ਨਿਕਲਣਾ ਥੋੜ੍ਹਾ ਟਫ ਹੁੰਦਾ ਵਾ, ਖਤਰਨਾਕ ਜਾਣੀ ਕਿ ਕੁੱਲ ਮਿਲਾ ਕੇ ਭੂਤ ਫੜ ਚੁੱਕੇ ਅੱਜ ਬਾਈ ਹੋਰੇ, ਅਤੇ ਭੂਤ ਦੀ ਇੰਟਰਵਿਊ ਕਰ ਰਹੇ ਆ, ਕਰਦੇ ਆ ਚੈੱਕ। ਨਿਕਲਣਾ ਅੱਛਾ, ਅਤੇ ਇਹ 'ਚ ਪੈਟਰੋਲ ਪੈਟਰੋਲ ਵੀ ਕਿੱਦਾਂ? ਨਹੀਂ, ਇਹ 'ਚ ਤੀਲਾਂ ਪੈਂਦੀਆਂ ਯਾਰ। ਤੂੰ ਭੂਤ ਨੂੰ ਡਰਾਤਾ ਯਾਰ, ਤੂੰ ਡਰਾਇਆ ਥੋੜ੍ਹਾ ਯਾਰ, ਮੈਂ ਤੈਨੂੰ ਕੱਲ੍ਹ ਵੀ ਲੱਭਣ ਡਿਆ, ਕਿੱਥੇ ਗਿਆ ਹਾਂ ਕੱਲ੍ਹ ਨੂੰ ਯਾਰ? ਤੈਨੂੰ ਮੈਂ ਨਾ, ਜੇ ਤੂੰ ਇੱਦਾਂ ਹੀ ਮੈਨੂੰ ਡਰਾਉਣਾ ਨਾ ਤਾਂ ਤੈਨੂੰ ਮੈਂ ਲੱਭਣਾ ਨਹੀਂ ਉਹ ਕਰਨਾ, ਤੂੰ ਉਹ ਗੱਲ ਡਰਾਉਂਦਾ ਰਹਿੰਦਾ। ਕੱਲ੍ਹ ਯਾਰ ਮੈਂ ਗਿਆ ਸੀ ਕਿਸੇ ਬੰਦੇ 'ਚ ਵੜਿਆ ਸੀਗਾ, ਹਾਂ, ਉਹ ਬੰਦਾ ਯਾਰ ਬਹੁਤਾ ਮੋਟਾ ਸੀਗਾ, ਹਾਂ, ਉਹ ਮੈਂ ਉਹਦੇ ਵਿੱਚ ਇੱਦਾਂ ਹੀ ਤੁਰਿਆ ਫਿਰਾਂ। ਮੈਂ ਤੈਨੂੰ ਵਾੜਨਾ ਕਿਸੇ ਦੇ ਵਿੱਚ, ਚੱਲ ਮੇਰੇ ਨਾਲ। ਨਹੀਂ ਯਾਰ, ਤੇਰਨਾ ਨਹੀਂ ਜਾਣਾ ਭਾ, ਤੇਰਨਾ ਮੇਰੀ ਕੋਈ ਡੀਲ ਨਹੀਂ। ਕਿਉਂ? ਉਹ ਤੂੰ ਜਿਹ 'ਚ ਵਾੜੇ ਭਾ, ਉਹ ਬੰਦੇ ਨਹੀਂ ਨਹਾਉਂਦੇ ਯਾਰ, ਮੁਸ਼ਕਿਲਾਂ ਨਾਲ ਮਰੇ ਰਹਿੰਦੇ ਹੋ। ਸਹੀ ਗੱਲ ਹੈ, ਦੁਬਾਰੇ ਮਰ ਜੂ ਵਿਚਾਰਾ, ਉਹਨਾਂ ਨੂੰ ਕੋਈ ਨਹਾਉਂਦਾ ਨਾ ਧੋਂਦਾ ਵਾ। ਇਹਦੀ ਮੇਰੀ ਗੱਲ ਸੁਣੇ, ਹਾਂ, ਆਹ ਨੋ ਨੋ ਨੂੰ ਕੱਟ ਲਿਆ ਕਰ, ਤੂੰ ਨੋ ਵਧਾਏ ਬੜੇ ਹੈ ਯਾਰ, ਨੋ ਕੱਟ ਲਈ, ਨੇਲ ਕਟਰ ਲੋਹੇ ਦਾ ਹੁੰਦਾ, ਲੋਹੇ ਤੋਂ ਦੂਰ ਰਹਿਣਾ ਅਸੀਂ ਯਾਰ। ਮੂੰਹ ਜਿਹਾ ਬੜਾ ਹੈ ਤੇਰਾ, ਕਾਲਾ ਹੋਇਆ ਵਾ। ਓਏ ਭਰਾ, ਚੁਮਟੇ ਖਾ ਖਾ ਹੋਇਆ ਕਾਲਾ, ਜਦੋਂ ਕੱਢਦੇ ਆ ਨਾ ਲੋਕੀ, ਹਾਂ, ਚੁਮਟਾ ਬੜਾ ਭਰਾਉਂਦੇ ਹੀ ਹੋ। ਅੱਛਾ, ਇੱਕ ਦਿਨ ਮੈਂ ਕਿਸੇ ਬੰਦੇ 'ਚ ਵੜਿਆ ਸੀ ਸਵੇਰੇ, ਹਾਂ, ਸ਼ਾਮਾਂ ਨੂੰ ਚੁਮਟਾ ਮਾਰ ਕੇ ਮੈਨੂੰ ਤੋਰਤਾ ਉਹਨਾਂ, ਕਹਿੰਦੇ ਜਾ, ਬੜੇ ਮੇਰੇ ਨਾਲ ਇੰਸੀਡੈਂਟ। ਬਹੁਤ ਦੁੱਖ ਭਰੀ ਕਹਾਣੀ ਹੈ ਯਾਰ ਭੂਤ ਦੀ ਵਿਚਾਰੇ ਦੀ। ਐਸੀ ਬਾਤੇ ਬਤਾਈ ਨਹੀਂ ਜਾਂਦੀ। ਨਿਕਲਣਾ ਤੈਨੂੰ ਪਤਾ ਹੀ ਹੈ, ਮੇਰੇ ਚ ਵੜ ਕੇ ਦਿਖਾ ਭਲਾ, ਤੇਰੇ ਚ ਵੜ ਜਾਂਦੇ ਏਦਾਂ ਮੂੰਹ ਅੱਡ, ਤੇਰੇ ਤੇ ਨਹੀਂ ਵੜਿਆ ਜਾਣਾ ਭਾ। ਕਿਉਂ? ਤੇਰਾ ਮੂੰਹ ਨਿੱਕਾ ਵਾ, ਤੂੰ ਮੇਰੀ ਗੱਲ ਸੁਣ, ਤੂੰ ਮਾਮਾ ਕੜਾ ਪਾ ਕੇ ਆ ਗਿਆ, ਤੂੰ ਉਹ ਪਤਾ ਕਰ, ਇਹਨੂੰ ਪਿੱਛੇ ਕਰ ਲਾ। ਕਿਉਂ? ਲੋਹੇ ਤੋਂ ਪਿੱਛੇ ਕਰ, ਲੋਹਾ ਯਾਰ, ਲੋਹੇ ਤੋਂ ਤੈਨੂੰ ਪਤਾ ਬਈ, ਲਕਾਲਾ ਇਹਨੂੰ, ਚਾਲੂ ਆ ਲਕਾਲਾ ਇਹਨੂੰ, ਤੇ ਆ ਗੱਡੀ ਤੇ ਆਇਆ, ਆ ਗੱਡੀ ਤੇ ਆਇਆ ਮੈਂ, ਗੱਡੀ ਤੇ ਵੇਖ ਲਾ ਅਸੀਂ ਬਹਿ। ਤੂੰ ਨਹੀਂ, ਜੇ ਤੂੰ ਕਿਤੇ ਜਾਣਾ ਹੋਏ, ਹਾਂ, ਤੇ ਤੂੰ ਕਾਹਤੇ ਜਾਣਾ ਹੁੰਦਾ ਫਿਰ? ਮੈਂ ਆ ਵੇ ਰੱਖਿਆ ਜਹਾਜ। ਅੱਛਾ, ਤੇ ਇਹ 'ਚ ਪੈਟਰੋਲ ਪੈਟਰੋਲ ਵੀ ਕਿੱਦਾਂ? ਨਹੀਂ, ਇਹ 'ਚ ਤੀਲਾਂ ਪੈਂਦੀਆਂ ਬਾਈ। ਉਹ ਤੀਲਾਂ ਵਾਲਾ ਉਹ ਬਣਾਈ ਬੈਠਾ ਬਾਈ, ਜਿਹੜਾ ਉਹ ਡੈਣਾਈਆਂ ਕੋਲ ਹੁੰਦਾ ਗਾ, ਝਾੜੂ ਜੇ ਤੇ ਉੱਡਦੀਆਂ ਹੁੰਦੀਆਂ, ਉਹ ਜਗਾੜ ਬਣਾਈ ਬੈਠਾ। ਤੀਲਾਂ ਤੇ ਚੱਲਦਾ ਵਾ। ਓਏ ਯਾਰ, ਹੱਦ ਕੰਡ, ਇਹ ਗੱਡੀ ਆ ਆਪਣੀ, ਆਹ ਕੀ ਚੀਜ਼ ਆ ਯਾਰ, ਇਹ ਭੂਤ ਹੀ ਆ, ਇਹ ਕੀ ਗੱਲ ਵਾ, ਨਾਰੀਅਲ ਬੰਨਿਆ ਉੱਤੇ। ਨਹੀਂ, ਇਹ ਕਿੱਦਾਂ ਤੇਕੋ ਆ ਗਿਆ? ਇਹਦੀ ਭਾਅ ਜੀ ਹਾਲਤ ਆ ਜਿਹੜੀ ਮਾੜੀ ਤੁਸੀਂ ਵੇਖਣ ਦੇ ਜੇ ਨਾ, ਹਾਂ,
ਇਹ ਵਿਚਾਰਾ ਇੱਥੇ ਮੜੀਆਂ 'ਚ ਕਿਤੇ ਲੰਮੇ ਪਿਆ ਸੀ ਦੁਪਹਿਰ ਨੂੰ, ਉੱਦਾਂ ਹੀ ਸੁੱਤਾ ਸੀ, ਸੁੱਤਾ ਸੀਗਾ ਅਤੇ ਉੱਤੇ ਆਣ ਕੇ ਕੋਈ ਸੰਸਕਾਰ ਕਰ ਗਿਆ। ਅਤੇ ਆਹ ਕੀ ਆ ਯਾਰ, ਹੈਲਮੈਟ ਵਾ ਯਾਰ। ਨਹੀਂ ਹੈਲਮੈਟ ਕੀ, ਤੂੰ ਚਲਾਣ ਹੋਇਆ ਤੇਰਾ ਵੀ ਕਿਤੇ ਪਹਿਲਾਂ? ਯਾਰ ਚਲਾਣ ਕੀ ਗਾ, ਅਸੀਂ ਕਿਹੜੇ ਕ੍ਰਿਕਟ ਖੇਡਣ ਡੇ ਹੈਲਮੈਟ? ਕ੍ਰਿਕਟ ਖੇਡ ਕੇ ਤੁਹਾਨੂੰ ਚਲਾਣ ਹੁੰਦਾ ਹੁੰਦਾ ਯਾਰ ਕ੍ਰਿਕਟ ਖੇਡਦੇ ਦਾ? ਇਹ ਵੀ ਕੰਮ ਖਤਰਨਾਕ ਹੀ ਕਰਦੇ ਆ। ਅੱਛਾ ਤੇ ਇਹਦੇ ਦੰਦ ਦੰਦੂ ਖੱਟੇ ਬੜੇ, ਇਹਨੂੰ ਬੁਰਸ਼ ਬਚਾ। ਤੂੰ ਤੂੰ ਚੁੱਪ ਕਰ, ਹਾਂ ਤੂੰ ਤੂੰ ਕੀ ਲੈਣਾ, ਤੂੰ ਕਿਸ ਕਰਨੀ ਉਹਦੇ ਨਾਲ? ਆਹ ਧੱਕਾ ਕਰ ਗਏ ਯਾਰ। ਤੇ ਆਹ ਕੀ, ਇਹ ਕਿੱਥੋਂ ਲੈਂਦੀਆਂ ਇਹ? ਇਹ ਕਿਸੇ ਭੂਤਨੀ ਨੇ ਗਿਫਟ ਕੀਤੀਆਂ ਯਾਰ। ਤੂੰ ਹੱਥ ਬੜੀ, ਤੈਨੂੰ ਹੱਥ ਪਈ ਲਾਉਣ ਦੀ, ਤੂੰ ਪਰ ਆ ਜਾ, ਮੈਂ ਤੇਰੇ ਚ ਵੜ ਦੇਣਾ ਹੀ। ਦੱਸ ਤੂੰ ਯਾਰ ਜਾਏਗਾ ਤਾਂ ਦੱਸ ਯਾਰ। ਮੈਂ ਚੱਲ ਜਾਊਂਗਾ ਭਾਜੀ, ਕੀ ਚਵੜਨਾ ਕੀ ਚਵੜ। ਤੂੰ ਯਾਰ ਆਪਣੇ ਲਾਗੇ ਗੁਆਂਢੀਆਂ ਦਾ ਮੁੰਡਾ ਕਿੱਡਾ ਗਵਾ, ਬੰਦਾ ਐਡਾ ਗਾ, ਆ ਇਕੱਲੀ ਬਾਂਹ ਮਾਰਦੀ ਮੇਰੀ, ਮੈਨੂੰ ਪੂਰੇ ਨੂੰ 6 ਫੁੱਟ ਦਾ ਕੋਈ ਬੰਦਾ ਲਿਆ, ਪੂਰਾ ਵੜੂੰਗਾ ਮੈਂ ਉੱਥੇ। ਮੇਰੀ ਗੱਲ ਸੁਣੇ, ਸਾਡੇ ਹੁਣ ਇਹ ਨਹੀਂ ਵੋਟਾਂ ਪੈ ਕੇ ਹਟੀਆਂ ਵਾ, ਤੁਹਾਡੇ ਨਹੀਂ ਵੋਟਾਂ ਵੱਟ ਹੁੰਦੀਆਂ? ਪਹਿਲਾਂ ਸਾਡੇ ਨਹੀਂ, ਉਹ ਇਹ ਗੱਲੋਂ ਚੰਗਾ ਹੀ। ਕਿਉਂ ਭੂਤਾਂ 'ਚ ਨਹੀਂ ਵੋਟਾਂ ਪੈਂਦੀਆਂ ਭਾ? ਕਿਉਂ ਭੂਤਾਂ 'ਚ ਜਿੰਨੇ ਜਿਹੜੀ ਮਰਜ਼ੀ ਹਵੇਲੀ ਮੰਨ ਲਈ ਉਹਦੀ ਹੈ ਬਾਬਾ, ਸਿੱਧਾ ਸਿਸਟਮ ਹੈ, ਜਿਹੜੀ ਮਰਜ਼ੀ ਹਵੇਲੀ ਮੰਨ ਲਓ, ਕਿਸੇ 'ਚ ਮਰਜ਼ੀ ਵੜ ਜਾਓ, ਸਿੱਧਾ ਹਿਸਾਬ ਕਿਤਾਬ, ਕੋਈ ਟੈਨਸ਼ਨ ਨਹੀਂ। ਕੀ ਖੁੱਪ ਗਿਆ? ਭਖੜਾ ਬੜਾ ਯਾਰ ਥੱਲੇ, ਕੰਡੇ ਖੁੱਬਣ ਡੇ। ਜਿਹੜੀਆਂ ਤੁਹਾਡੀਆਂ ਵੋਟਾਂ ਪਈਆਂ ਵਾ, ਉਹ ਜਦੋਂ ਗਿਣਦੇ ਹੀ ਮੈਂ ਵੇਖ ਕੇ ਆਇਆ ਸੀ। ਅੱਛਾ, ਆਰ ਪਾਰ ਲੰਘ ਜੀਦਾ ਅਸੀਂ, ਇਹਦੇ ਪਤਾ ਨਹੀਂ ਲੱਗਾ ਕਿਹਦੀ ਸਰਕਾਰ ਬਣਨੀ ਖਿੱਚਦੀ। ਅਜੇ ਇਹਦੀ ਵੀ ਬਣੂਗੀ ਨਾ, ਆਹ ਮੇਰੀਆਂ ਮੜੀਆਂ ਸਾਫ਼ ਕਰਵਾਓ ਭਰਾ, ਕਰਵਾ ਦੇਣਾ। ਭੂਤਾਂ ਦੀ ਵੀ ਮੰਗ ਆ ਬਾਈ, ਇਹਨਾਂ ਦੀ ਵੀ ਮੰਗ ਮੰਨੀ ਜਾਵੇ, ਅਤੇ ਇਹਨਾਂ ਦੀਆਂ ਵੋਟਾਂ ਵੋਟਾਂ ਹੈੜੀਆਂ ਵਿਚਾਰਿਆਂ ਦੀਆਂ, ਜੇ ਕਿਤੇ ਇਹਨਾਂ ਦੀਆਂ ਵੋਟਾਂ ਵਾਟਾਂ ਪੈਂਦੀਆਂ ਹੁੰਦੀਆਂ ਤਾਂ ਇਹਨਾਂ ਦੀ ਵੀ ਮੰਗ ਮੰਨੀ ਜਾਇਆ ਕਰਨੀ ਸੀ। ਕੀ ਹੁੰਦਾ ਪਰਿਵਾਰ ਮੇਰਾ ਯਾਰ, ਇੱਕ ਮੇਰੀ ਭੈਣ ਵਾ, ਹਾਂ ਉਹ 2 ਕੁ ਮਹੀਨੇ ਹੋ ਗਏ ਚੜੇਲ ਭਰਤੀ ਹੋਈ ਉਹ। ਹਾਂਜੀ, ਚੜੇਲ ਭਰਤੀ ਹੋਈ ਹੈ। ਅਤੇ ਜਿਹੜਾ ਭਰਾ ਵਾ ਉਹਨੇ ਅਮਰੀਕਾ ਦੀ ਡੌਂਕੀ ਲਾਈ ਆ, ਉੱਧਰ ਕੰਮ ਵੱਧ ਵਾ ਨਾ, ਉੱਥੇ ਅਮਰੀਕਾ ਹੀ ਉਹ ਯਾਰ, ਉੱਧਰ ਈਵਨ ਇਹਨੂੰ ਮਨਾਤੀਆਂ ਦਾ ਬੜਾ ਰੋਲਾ ਯਾਰ, ਉਹਨਾਂ ਦਾ ਨਾਂ ਲਈ ਮੇਰੇ ਲਾਗੇ। ਕਿਉਂ ਉਹ ਯਾਰ ਪੈਸੇ ਨਹੀਂ ਦਿੰਦੇ, ਕੰਮ ਕਰਾ ਲੈਂਦੇ ਆ ਯਾਰ। ਹੈਲੋ ਹਾਏ ਕਰਦੇ ਜਦੋਂ ਮਿਲੀਦਾ ਵਾ, ਤੁਹਾਡੇ ਨਹੀਂ ਹੱਥ ਉੱਥੇ ਸੁੱਟਦੇ? ਨਹੀਂ, ਸਾਡੇ ਪਾ ਡਾਇਰੈਕਟ ਚਿੰਬੜਦੇ ਹੀ ਆ। ਅੱਛਾ ਉਹਨੇ, ਮੈਂ ਨਹੀਂ ਆਜਾ ਚਿੰਬੜ ਜਾ, ਸਾਡੇ ਡਾਇਰੈਕਟ ਚਿੰਬੜਦੇ ਹੀ ਹੈਗੇ ਨਾ, ਖਤਰਨਾਕ ਯਾਰ। ਉਹ ਬਹੁਤ ਵਧੀਆ ਲਿਖਦੇ ਆ ਯਾਰ ਇਹ ਸਕ੍ਰਿਪਟ ਚਿੰਬੜਦਾ। ਤੈਨੂੰ ਮੈਂ ਕਹੀ, ਉਹ ਜਿਹੜਾ ਗਾਣਾ ਸੀ ਆਜਾ ਚਿੰਬੜ ਜਿਹਾ, ਹਾਂਜੀ ਉਹ ਇੱਥੇ ਸ਼ੂਟ ਹੋਇਆ, ਅਸੀਂ ਕਰਾਇਆ ਪ੍ਰੋਡਿਊਸਰ ਹੀ ਗਾ ਮੈਂ ਉਹ ਗਾਣੇ 'ਚ। ਅੱਛਾ, ਅਤੇ ਆ ਕੀ ਆ ਯਾਰ, ਤੇ ਉਹ ਗੱਲਾਂ ਤੇਰੀਆਂ ਫਿਰ ਜਦੋਂ ਤੈਨੂੰ ਕਹਿੰਦੇ ਨਾ ਹੱਥ ਲਾਇਆ ਕਰ ਤੂੰ। ਤੂੰ ਕੀ ਬਲਦਾਂ ਦਾ ਸ਼ਕੀਨ ਆ, ਬੜੇ ਸਿੰਘ ਲਾਏ ਤੂੰ ਯਾਰ। ਸਿੰਘ ਨਹੀਂ ਲਾਏ, ਐਂਟੀਨੇ ਆ। ਹਾਂ, ਦੂਜੇ ਭੂਤਨਾ ਵਾਰਤਾਲਾਪ ਕਰਨੀ ਐਂਟੀਨੇ ਆ। ਹਾਂ, ਔਰ ਅਸੀਂ ਚਾਹਣਾ ਹੈਲਮਟ ਪਾਇਆ ਕੋਈ ਕ੍ਰਿਕਟ ਖੇਡਣ ਦੇ ਅਸੀਂ। ਹੈਂ, ਐਡਾ ਤੂੰ ਕੋਈ ਨਹੀਂ, ਮਾਰਾਂਗੇ ਪੁੱਤ ਮਾਰਾਂਗੇ। ਆਹ ਕੀ ਬਾਬਾ ਲਾਏ ਹੁਟਾਟਾ ਲੈਣ ਨੂੰ, ਇਹੋ ਤੇ ਖਾਂਦੇ ਹਾਂ ਪਾ ਜਿਹੜਾ ਅਸੀਂ। ਤੂੰ ਯਾਰ ਤੂੰ ਨਾ ਮੇਰਾ ਮਾਹੌਲ ਖਰਾਬ ਕਰਨ ਦਿਆਂ, ਤੂੰ ਕਰ ਇੱਕ ਕੰਘੀ ਗਿਫਟ ਕਰੋ ਬਾਬਿਆਂ ਨੂੰ। ਕਿਉਂ ਯਾਰ, ਇਹਦੇ ਸਿਰ ਸੁਰ ਵਾਲ ਗਏ ਦਾ। ਤੂੰ ਪੈਗ ਪੁੱਗ ਨਹੀਂ ਲਾਉਂਦਾ ਤੂੰ? ਪੈਗ ਯਾਰ, ਪੈਗ ਤੋਂ ਪੈਗ ਲਾ ਲਈਦਾ। ਅੱਛਾ, ਆਹੋ ਮੇਰੀ ਗੱਲ ਸੁਣ। ਹਾਂ, ਇੱਕ ਭਾ ਬੰਦਾ ਸੀ, ਹਾਂ ਉਹਦੇ 'ਚ ਕਿਤੇ ਮੈਂ ਵੜ ਗਿਆ ਵਾ, ਹਾਂ ਉਹ ਕਿਤੇ ਭੁੱਕੀ ਖਾਂਦਾ ਸੀਗਾ। ਅੱਛਾ, 3 ਦਿਨ ਭਾ ਉਹਨੂੰ ਤੋੜ ਵੱਜਦੀ ਰਹੀ, ਨਾਲ ਮੈਨੂੰ ਵੀ ਵੱਜਦੀ ਰਹੀ। ਤੂੰ ਲਿਆਂਦੀ ਸ਼ਰਾਬ? ਕੀ ਵੱਜਦੀ ਰਹੀ ਉਹਨੂੰ? ਅੱਛਾ, ਤੋੜ ਲੱਗੀ ਰਹੀ ਉਹਨੂੰ, ਤੋੜ ਵੱਜਦੀ ਰਹੀ। ਠੀਕ ਆ ਠੀਕ ਆ, ਉਹ ਏਰੀਏ ਦੇ ਹਿਸਾਬ ਨਾਲ ਬੋਲਦੀ ਦਾ ਫਰਕ ਪੈ ਜਾਂਦਾ। ਆਹੋ ਪਾਈਆ ਹੈਗਾ ਯਾਰ, ਪਾਈਆ ਤੇ ਇਹਨੇ ਪੀ ਜਾਣੀ ਆ, ਵੀ ਚੜਾ ਜਿਹਾ ਪੀਂਦਾ ਯਾਰ। ਤੂੰ ਹੱਥ ਨਹੀਂ ਲਾਉਣਾ ਯਾਰ ਤੂੰ,
ਹੱਥ ਖਾ ਜਾਣਾ ਹੀ ਇਹਨੇ ਤੇ ਤੇਰਾ ਜੀ ਟਾਈਮ ਪਾਸ ਬੜਾ ਔਖਾ ਹੁੰਦਾ ਹੁਣ ਨਾ ਤੇ ਕੋਈ ਫੋਨ ਹੈ ਗੇਮ ਗੂਮ ਨਹੀਂ ਖੇਡਦਾ ਕੋਈ ਜਾ ਕਿੱਦਾਂ ਗੇਮ ਨਹੀਂ ਖੇਡਦੇ ਅਸੀਂ ਇਕੱਲਾ ਖੇਡਦੇ ਹਾਂ ਸਿੱਧਾ ਜਾ ਕੇ ਭੱਜ ਕੇ ਵੜ ਜਾਂਦਾ ਨਵੇਂ 'ਚ ਜਿਹਦੇ ਵੜਨਾ ਆਹੋ ਸਿੱਧਾ ਜਾ ਕੇ ਵੜ ਜੀਦਾ ਔਰ ਕਿਹੜਾ ਵੀ ਬੰਦੇ 'ਚ ਐਂ ਜਾ ਕੇ ਤੇ ਐਂ ਵੜਨਾ ਨਹੀਂ ਜਿੱਦਾਂ ਹੁਣ ਤੂੰ ਵੜ ਤੇ ਜਾਂਦਾ ਬੰਦੇ ਦੇ ਵਿੱਚ ਪਰ ਜਦੋਂ ਤੈਨੂੰ ਵਿੱਚੋਂ ਖਿੱਚ ਕੇ ਬਾਹਰ ਕੱਢਦੇ ਆ ਉਦੋਂ ਨਹੀਂ ਤਕਲੀਫ ਹੁੰਦੀ ਤੈਨੂੰ ਯਾਰ ਤਕਲੀਫ ਉਦੋਂ ਨਹੀਂ ਹੁੰਦੀ ਜਦੋਂ ਕੱਢਦੇ ਆ ਹਾਂ ਉਹ ਜਦੋਂ ਕੱਢ ਕੇ ਬਾਅਦ 'ਚ ਬੋਤਲ 'ਚ ਪਾਉਂਦੇ ਉਦੋਂ ਹੁੰਦੀ ਵੇਖ ਲੱਗ ਇੱਦਾਂ ਸਾਹ ਗੁੰਮ ਹੁੰਦਾ ਹੋਣਾ ਸਾਹ ਗੁੰਮ ਭਾਜੀ ਬੋਤਲ ਦੇ ਕਿਉਂ ਇੱਕ ਦਿਨ ਮੈਨੂੰ ਕੁੱਜੇ 'ਚ ਪਾ ਤਾ ਅੱਛਾ ਮੈਂ ਸੁੱਤਾ ਰਿਹਾ ਮਹੀਨਾ ਫਿਰ ਵਿੱਚ ਅੱਛਾ ਖੁੱਲੀ ਜਗ੍ਹਾ ਸੀ ਨਾ ਠੀਕ ਆ ਬੋਤਲ 'ਚ ਰੋਕ ਹੁੰਦੀ ਭਾਜੀ ਨਹੀਂ ਤਾਂ ਬਾਬਾ ਵਿਆਹ ਵਿਊ ਤੇ ਆਪਣਾ ਨਹੀਂ ਹੋਇਆ ਹੈ ਕਿਉਂ ਹੋਇਆ ਇਹ ਵਿਆਹ ਵਾਲੀ ਕੁੜੀ ਭਾਜੀ ਇੱਕ ਵੇਖੀ ਸੀਗੀ ਹਾਂ ਸਲੇਡੀ ਸੀ ਹਾਂ ਸਲੇਡੀ ਸੀ ਕਾਸਟ ਨਹੀਂ ਮੈਚ ਕੀਤੀ ਭੂਤਾਂ 'ਚ ਵੀ ਜਾਣੀ ਕਿ ਕਾਸਟਾਂ ਦਾ ਰੌਲਾ ਹੁੰਦਾ ਹੈ ਕੋਈ ਕਿਸੇ 'ਚ ਕੋਈ ਸਲੇਡਾ ਕੋਈ ਚੜੇਲ ਕੋਈ ਕੁਛ ਹੈ ਨਾ ਸੋ ਇਸ ਕਰਕੇ ਇਹਨਾਂ ਦਾ ਵੀ ਰੌਲਾ ਪੈਂਦਾ ਇਹ ਵਿਚਾਰੇ ਇਹ ਵੀ ਬਾਅਦ 'ਚ ਰੋਈ ਜਾਂਦੇ ਆ ਵਿਛੋੜੇ 'ਚ ਸਲੇਡਿਆਂ 'ਚ ਨਾ ਉਹਨਾਂ ਦੀ ਕਾਸਟ ਪਤਾ ਕੀ ਮੇਰੀ ਗੱਲ ਸੁਣ ਆਉਂਦੇ ਸਲੇਡਿਆਂ ਦੇ ਪੈਰ ਪੁੱਠੇ ਹੁੰਦੇ ਹਾਂਜੀ ਭਾਜੀ ਪੈਰ ਉੱਥੇ ਔਖ ਨਹੀਂ ਹੁੰਦੀ ਉਹਨਾਂ ਨੂੰ ਕੋਈ ਨਹੀਂ ਔਖ ਉੱਦਾਂ ਤਾਂ ਕੋਈ ਨਹੀਂ ਹੁੰਦੀ ਹਾਂ ਉਹ ਜਦੋਂ ਜਰਾਬਾਂ ਜਰੂਬਾਂ ਪਾਉਂਦੇ ਉਦੋਂ ਹੁੰਦੀ ਤੂੰ ਤਾਰੇ ਮੂੰਹ 'ਤੇ ਵਾਹੇ ਆ ਹਾਂ ਇਹ ਕੀ ਚੱਕਰ ਹੈ ਯਾਰ ਮੈਂ ਭੂਤ ਵਾਂ ਕੋਈ ਤੇ ਛੋਟਾ ਭਰਾ ਮੈਂ ਤੇਰਾ ਕੋਈ ਸਹੀ ਗੱਲ ਆ ਮਾੜੀ ਮੋਟੀ ਤੇ ਇੱਜ਼ਤ ਕਰ ਪਰ ਮੈਂ ਤਾਂ ਸੋਚਿਆ ਤੈਨੂੰ ਕਿਤੇ ਵਾੜਾਂਗੇ ਕੰਮ ਕੁੰਮ ਕਰਾਵਾਂਗੇ ਕੋਈ ਤੂੰ ਹੈ ਵੀ ਆ ਭੂਤ ਯਾਰ ਭੂਤ ਹੀ ਆ ਮੈਂ ਯਾਰ ਤੂੰ ਨਕਲੀ ਜਿਹਾ ਭੂਤ ਬੜਾ ਤੂੰ ਸਾਰਿਆਂ ਨੂੰ ਲੱਭੀ ਜਾਣਾ ਤੂੰ ਤੇ ਮੈਨੂੰ ਵੀ ਲੱਭੀ ਜਾਣ ਡਿਆ ਸਾਰਿਆਂ ਨੂੰ ਨਹੀਂ ਲੱਭਦਾ ਮੈਂ ਹਾਂ ਇੱਧਰ ਆ ਗੱਲ ਸੁਣ ਹਾਂ ਜਿਹਦਾ ਟਾਈਮ ਮੁੱਕ ਗਿਆ ਨਾ ਧਰਤੀ ਤੋਂ ਹਾਂ ਉਹਨੂੰ ਹੀ ਲੱਭੀ ਦਾ ਵਾ ਆ ਤੂੰ ਵੀ ਲੱਗ ਗਈ ਆ ਸਾਡੇ ਕੋਈ ਖਤਰਨਾਕ ਸੋ ਬਈ ਇਹ ਸੀਗੀ ਵੀਡੀਓ ਘੈਂਟ ਕੰਮ ਆ ਯਾਰ ਮਾਈਆਂ ਦਾ ਬਹੁਤ ਸੋਹਣਾ ਕੰਮ ਕੀਤਾ ਗਾ ਅਤੇ ਸਕ੍ਰਿਪਟ ਮੈਨੂੰ ਬਹੁਤ ਵਧੀਆ ਲੱਗਦੀ ਇਹਨਾਂ ਦੀ ਬਹੁਤ ਘੈਂਟ ਸਕ੍ਰਿਪਟ ਲਿਖਦੇ ਹੈਗੇ ਹੈ ਨਾ ਸਾਰਿਆਂ ਨੂੰ ਹਸਾਉਂਦੇ ਹੈਗੇ ਅਤੇ ਸਾਰਿਆਂ ਦੇ ਚਿਹਰੇ 'ਤੇ ਸਮਾਈਲ ਲੈ ਕੇ ਆਉਂਦੇ ਹੈਗੇ ਇਹ ਸੋ ਚੰਗੀ ਲੱਗਦੀ ਯਾਰ ਚੀਜ਼ ਵਧੀਆ ਕੰਮ ਹੈਗਾ ਬਾਈ ਦੱਬੀ ਰੱਖੋ ਅਤੇ ਲਿੰਕ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਜ਼ਰੂਰ ਕਰਿਓ ਵੀਡੀਓ ਜਿਹਨੇ ਹਾਲੇ ਤੱਕ ਨਹੀਂ ਕੀਤੀ ਵੈਸੇ ਤਾਂ ਸਾਰੇ ਜਾਣਦੇ ਹੀ ਹੈਗੇ ਬਾਈਆਂ ਨੂੰ ਸੋ ਕੁੱਲ ਮਿਲਾ ਕੇ ਘੈਂਟ ਲੱਗਿਆ ਯਾਰ ਕੰਮ ਤੁਸੀਂ ਦੱਸੋ ਕਿਵੇਂ ਲੱਗਿਆ ਤੁਹਾਨੂੰ ਜੇ ਵਧੀਆ ਲੱਗਿਆ ਲਾਈਕ ਕਰ ਦਿਓ ਬਾਈ ਆਪਣੇ ਚੈਨਲ ਨੂੰ ਵੀ ਕਰ ਦਿਓ ਸਬਸਕ੍ਰਾਈਬ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ